ਸਤਿ ਸ਼੍ਰੀ ਅਕਾਲ ਜੀ, ਰਾਇਲ ਕਲੈਕਸ਼ਨ ਐਂਡ ਬੁਟੀਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਤੁਹਾਡੇ ਲਈ ਥੋੜ੍ਹਾ ਡਿਫਰੈਂਟ ਲੈ ਕੇ ਆਏ ਹਾਂ। ਹੁੰਦਾ ਤਾਂ ਹਰ ਰੋਜ਼ ਡਿਫਰੈਂਟ ਸਟਾਈਲ ਦੇ ਸੂਟ ਦਿਖਾਉਂਦੇ ਹਾਂ, ਤੁਹਾਨੂੰ ਰੋਜ਼ ਨਵੀਂ ਕਲੈਕਸ਼ਨ ਦਿਖਾਉਂਦੇ ਹਾਂ। ਅੱਜ ਤੁਹਾਡੇ ਲਈ ਲੈ ਕੇ ਆਏ ਅਸੀਂ ਫਰੋਕ ਸੂਟ, ਸੈਮੀ ਸਟਿਚ ਫਰੋਕ ਸੂਟ ਹੋਣਗੇ। ਇਹਨਾਂ ਦਾ ਤੁਸੀਂ ਆਪਣੀ ਫਿਟਿੰਗ ਦੇ ਅਕੋਰਡਿੰਗ ਆਪਣੀ ਅਲਟਰੇਸ਼ਨ ਕਰਵਾ ਸਕਦੇ ਹੋ। ਸੈਮੀ ਸਟਿਚ ਫਰੋਕ ਸੂਟ ਨੇ, ਪੇਂਟ ਵਾਲੇ ਸੂਟ ਹੋਣਗੇ ਜੀ। ਫੈਬਰਿਕ ਵੀ ਬਹੁਤ ਜ਼ਿਆਦਾ ਫਾਈਨ ਆ ਅਤੇ ਇਹਨਾਂ ਦਾ ਸਾਰੇ ਬ੍ਰੈਂਡਡ ਸੂਟ ਹੋਣਗੇ। ਅਤੇ ਬਾਕੀ ਬੁਕਿੰਗ ਲਈ ਨੰਬਰ ਹੈਗਾ 8283-8283-81 ਨੰਬਰ ਆ, 8283-8283-81 ਨੰਬਰ ਆ ਜੀ। ਇਸ 'ਤੇ ਤੁਸੀਂ ਮੈਨੂੰ ਸਕਰੀਨਸ਼ੋਟ ਲੈ ਕੇ ਸੈਂਡ ਕਰ ਸਕਦੇ ਹੋ ਜੋ ਵੀ ਤੁਹਾਨੂੰ ਇਹਨਾਂ 'ਚੋਂ ਸੂਟ ਪਸੰਦ ਆਉਂਦਾ। ਕਲੈਕਸ਼ਨ ਬਹੁਤ ਸੋਹਣੀ ਹੈ ਜੀ, ਦੁਪੱਟੇ ਬਹੁਤ ਸੋਹਣੇ ਨੇ, ਡਿਫਰੈਂਟ ਸਟਾਈਲ ਆ ਅਤੇ ਸਟਿਚਿੰਗ ਫਰੋਕ ਆ। ਫਰੋਕ ਸੂਟ ਲੈ ਕੇ ਆਏ ਅੱਜ ਤੁਹਾਡੇ ਲਈ, ਇਹ ਹੈਗੀ ਅੱਜ ਦੀ ਫਸਟ ਕਲੈਕਸ਼ਨ। ਇਹ ਫਰੋਕ ਬਣੀ ਹੋਈ ਹੈ ਅਮਰੇਲਾ ਦੇ ਵਿੱਚ। ਇਹ ਬਾਡੀ ਦੇ ਉੱਪਰ ਇੱਕ ਫਲਾਰ ਦਿੱਤਾ ਹੋਇਆ, ਔਰਗੇਂਜ਼ਾ ਫੈਬਰਿਕ 'ਤੇ ਆ। ਅਤੇ ਇਹ ਹੈਗਾ ਇਹਦਾ ਘੇਰਾ, ਨੀਚੇ ਕਾਫੀ ਜ਼ਿਆਦਾ ਖੁੱਲ੍ਹੇ ਘੇਰੇ ਦੇ ਵਿੱਚ ਆ। ਇਹ ਸਾਰਾ ਹੈਂਡ ਪੇਂਟ ਕੀਤਾ ਹੋਇਆ, ਇਸ 'ਤੇ ਬ੍ਰੱਸ਼ ਪੇਂਟਿੰਗ ਆ ਜੀ। ਔਰਗੇਂਜ਼ਾ ਦਾ ਸ਼ਰਟ ਹੈ, ਇਹ ਔਰਗੇਂਜ਼ਾ ਦੀ ਸ਼ਰਟ ਆ। ਅਤੇ ਇਹਦਾ ਘੇਰਾ ਮੈਂ ਤੁਹਾਨੂੰ ਦੱਸਦੀ ਹਾਂ ਕਿਉਂਕਿ ਤੁਸੀਂ ਫਿਰ ਮੈਸੇਜ 'ਚ ਪੁੱਛੋਗੇ ਜੀ ਇਹਦਾ ਘੇਰਾ ਕਿੰਨਾ ਹੈ ਅਤੇ ਇਹਨਾਂ ਦੀ ਲੈਂਥ ਕਿੰਨੀ ਉਹ ਮੈਂ ਤੁਹਾਨੂੰ ਸਾਰਾ ਹੁਣ ਦੱਸਾਂਗੀ। ਇਹ 52 ਇੰਚ ਇਹਦਾ ਘੇਰਾ ਹੈ ਫਰੋਕ ਦਾ, ਠੀਕ ਹੈ ਜੀ। ਅਤੇ ਇਹਨਾਂ ਦੀ ਲੈਂਥ ਹੈਗੀ ਆ, ਲੈਂਥ ਇਹਦੀ 50 ਤੱਕ ਆ ਰਹੀ ਹੈ। ਅਗਰ ਤੁਸੀਂ ਇਹਦੀ ਅਲਟਰੇਸ਼ਨ ਕਰਾਓਗੇ ਤਾਂ 50 ਤੋਂ ਘੱਟ ਹੋ ਜਾਏਗੀ ਜਿਹੜੀ ਇਹ ਵਾਲੀ ਸਿਲਾਈ ਆ, ਇਹਨੂੰ ਖੋਲ੍ਹ ਕੇ ਉੱਪਰ ਚੱਕਿਆ ਜਾਊਗਾ ਜੀ। ਇਹ ਅਲਟਰੇਸ਼ਨ ਇਹਦੀ ਹਮੇਸ਼ਾ ਹੀ ਉੱਪਰ ਤੋਂ ਹੁੰਦੀ ਹੈ। ਅਤੇ ਬਾਕੀ ਇਹਦੀ ਕਮਰ ਵੈਸੇ ਮੈਂ ਤੁਹਾਨੂੰ ਨੋਰਮਲ ਦੱਸਣੀ ਹੈ, ਸਿੰਪਲ 'ਚ 18 ਆ, ਪਰ ਇਹਦੇ ਵਿੱਚ ਫੈਬਰਿਕ ਬਹੁਤ ਜ਼ਿਆਦਾ ਛੱਡਿਆ ਹੋਇਆ, ਮਤਲਬ ਜਿਨ੍ਹਾਂ ਦੀ ਕਮਰ ਚੈਸਟ ਤੋਂ ਤਾਂ ਹੋਏਗਾ ਹੀ ਹੋਏਗਾ, ਜਿਨ੍ਹਾਂ ਦੀ ਕਮਰ ਹੈਗੀ ਆਪਣੇ 20 ਇੰਚ ਤੱਕ, 21-20 ਤੱਕ ਹੈਗੀ ਆ, ਉਹਨਾਂ ਦੀ ਲੂ ਬੜੀ ਉਹਦੇ ਨਾਲ ਬਣ ਜਾਏਗੀ, ਆਰਾਮ ਦੇ ਨਾਲ ਅਲਟਰੇਸ਼ਨ ਹੋ ਜਾਏਗੀ, ਠੀਕ ਹੈ ਜੀ। ਇਹਦਾ ਰਾਊਂਡ ਦੇ ਵਿੱਚ ਨੈੱਕ ਆ ਅਤੇ ਬੈਕ ਨੈੱਕ ਅਤੇ ਰਾਊਂਡ ਦੇ ਨਾਲ ਇਹਨੂੰ ਟਸਲਸ ਲਗਾਏ ਹੋਏ ਆ। ਇਹਦੀ ਬਾਜੂ ਰਹੂਗੀ ਜੀ, ਬਾਂਹ ਦੇ ਨੀਚੇ ਵੈਸੇ ਤਾਂ ਲਾਈਨਿੰਗ ਨਹੀਂ ਲਗਾਈ ਹੋਈ, ਅਗਰ ਤੁਸੀਂ ਕਹੋਗੇ ਤਾਂ ਲਗਾ ਦਾਂਗੇ, ਵੈਸੇ ਨੀਡ ਨਹੀਂ ਹੈਗੀ ਇਹਨੂੰ। ਇਹਦੀ ਬੈਕ ਸਾਈਡ ਵੀ ਸੇਮ ਰਹੂਗੀ, ਬਹੁਤ ਪਿਆਰੀ ਫਰੋਕ ਆ, ਪਾਉਣ ਤੋਂ ਬਾਅਦ ਬਹੁਤ ਸੋਹਣੀ ਲੁੱਕ ਆਊਗੀ ਇਹਦੇ। ਇਹ ਬੈਕ ਸਾਈਡ ਇਹਦੀ ਨੀਚੇ ਤੱਕ ਸਾਰਾ ਨੀਚੇ ਤੱਕ ਇੱਕ ਵਾਰ ਦਿਖਾ ਦਿਆਂ, ਕਾਫੀ ਜ਼ਿਆਦਾ ਘੇਰਾ ਇਹਦਾ, ਠੀਕ ਆ ਜੀ। ਇਹ ਹੈਗਾ, ਇਹਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਦਿੰਦੇ ਆ। ਹੁਣ ਇਹਦਾ ਪ੍ਰਾਈਜ਼ ਆਊਗਾ 3500, 3500 ਇਹਦਾ ਪ੍ਰਾਈਜ਼ ਆ। ਅਤੇ ਇਹਦੇ ਨਾਲ ਇਹ ਸਿਲਕ ਦੀ ਸਲਵਾਰ, ਪਿਓਰ ਔਰਗੇਂਜ਼ਾ ਦਾ ਦੁਪੱਟਾ ਇਹਦੇ ਨਾਲ, ਉਹ ਵੀ ਪੇਂਟ ਵਾਲਾ। ਦੁਪੱਟੇ 'ਤੇ ਵੀ ਪੇਂਟ ਹੈ ਜੀ, ਇਹ ਸਾਰੀ ਬ੍ਰੱਸ਼ ਪੇਂਟਿੰਗ ਆ। ਸਿੰਗਲ ਕਲਰ ਸੂਟ ਹੈ ਇਹ, 3500 ਦਾ ਪ੍ਰਾਈਸ ਰਹੂਗਾ। ਬਹੁਤ ਪਿਆਰਾ ਸੂਟ ਆ, ਇਹਦੀ ਅਲਟਰੇਸ਼ਨ ਹੋ ਜਾਏਗੀ। ਅਗਰ ਤੁਸੀਂ ਪਤਲੀ ਹੋ ਤਾਂ ਇਹਨੂੰ ਟਾਈਟ ਕੀਤਾ ਜਾ ਸਕਦਾ, ਅਗਰ ਥੋੜ੍ਹੀ ਇਸਦੀ ਫਿਟਿੰਗ ਤੁਸੀਂ ਖੁਲਵਾਉਣੀ ਹੈ ਤਾਂ ਖੁੱਲ੍ਹ ਵੀ ਜਾਏਗੀ। ਲੌਂਗ ਨਹੀਂ ਹੋਏਗੀ, ਲੌਂਗ ਹੈਗੀ ਹੈ 52 ਇਹ ਲੌਂਗ ਆ। ਅਤੇ ਬਾਕੀ ਸ਼ੋਪ ਠੀਕ ਹੈ ਜੀ। ਅਤੇ ਹੁਣ ਤੁਹਾਨੂੰ ਦਿੰਦੇ ਅਸੀਂ ਇਹਨਾਂ ਦੇ ਵਿੱਚ ਕਲਰ ਆਪਸ਼ਨ, ਕਲਰ ਬਹੁਤ ਪਿਆਰੇ ਪਿਆਰੇ ਆ ਸਾਰੇ। ਸਾਰੇ ਸੈਮੀ ਸਟਿਚ ਸੂਟ ਆਉਣਗੇ, ਫਰੋਕ ਸੂਟ ਨੇ ਸਾਰੇ। ਤਾਂ ਸਭ ਦੀ ਨਹੀਂ ਖੋਲ੍ਹਾਂਗੀ ਮੈਂ, ਤੁਹਾਨੂੰ ਸਿਰਫ ਕਲਰ ਆਪਸ਼ਨ ਦੇ ਰਹੀ ਹਾਂ ਅਤੇ ਡਿਜ਼ਾਇਨਿੰਗ ਦੇ ਰਹੀ ਹਾਂ, ਠੀਕ ਹੈ ਜੀ।
ਬਹੁਤ ਸੋਹਣੇ ਸੋਹਣੇ ਕਲਰ ਆ। ਇਹ ਦੇਖੋ ਕਿੰਨਾ ਪਿਆਰਾ ਸੂਟ ਆ, ਨਾਲੇ ਸਟਿਚ ਕੀਤਾ ਹੋਇਆ ਅਤੇ ਫੈਬਰਿਕ ਵੀ ਬਹੁਤ ਜ਼ਿਆਦਾ ਫਾਈਨ ਆ, ਹੈਂਡ ਪੇਂਟ ਆ। ਪ੍ਰਾਈਸ ਦੇ ਅਕੋਰਡਿੰਗ ਬਹੁਤ ਬੈਸਟ ਆਈਟਮ ਆ, ਕਿਉਂਕਿ ਸਿਲਕ ਦੀ ਸਲਵਾਰ ਆ ਤਾਂ ਥੋੜ੍ਹਾ ਤੁਸੀਂ ਇਹਨੂੰ ਪਾਰਟੀ ਵੇਅਰ ਵੀ ਯੂਜ ਕਰ ਸਕਦੇ ਹੋ। ਹੈਂਡ ਪੇਂਟ ਆ ਸਾਰਾ, ਫਰੰਟ 'ਤੇ ਵੀ ਪੇਂਟ ਆ ਜੀ, ਬੈਕ 'ਤੇ ਵੀ ਪੇਂਟ ਆ। ਕਲਰ ਪਿਆਰੇ ਨੇ ਸਾਰੇ, ਇਹ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਉਹ ਵੀ ਸੇਮ ਇਹਦੇ ਵਿੱਚ ਸੀਗਾ, ਸੇਮ ਕਲਰ ਦੇ। ਇਹ ਵਾਲਾ ਹਲਕਾ ਜਿਹਾ ਫਰਕ ਆ ਰਿਹਾ ਦੋਨਾਂ ਦਾ, ਪਰ ਪੇਂਟ ਦਾ ਸੇਮ ਹੈ ਜੀ। ਇਹ ਥੋੜ੍ਹਾ ਡਾਰਕ ਮਾਊਸ ਜਿਹਾ ਸ਼ੇਡ ਆ ਜਾਂਦਾ ਹੈ। ਇੱਕ ਨੇਵੀ ਬਲੂ ਆ ਜੀ, ਇੱਕ ਰੋਇਲ ਬਲੂ ਆ। ਇਹਦੇ ਨੀਚੇ ਲਾਈਨਿੰਗ ਵੀ ਜਿਹੜੀ ਲੱਗੀ ਵੀ ਉਹ ਵੀ ਵਧੀਆ ਕੁਆਲਿਟੀ ਦੀ ਲੱਗੀ ਹੋਈ ਆ, ਲਾਈਨਿੰਗ ਲੱਗ ਕੇ ਸ਼ਰਟ ਬਣੀ ਹੋਈ ਹੈ ਇਹ ਸਾਰੇ। ਬਹੁਤ ਪਿਆਰਾ ਪੇਂਟ ਆ, ਘੇਰਾ ਬਹੁਤ ਸੋਹਣਾ ਬਣਿਆ ਹੋਇਆ। ਹੈਗੇ ਪੀਚ ਕਲਰ, ਅਗਰ ਤੁਹਾਨੂੰ ਇਹ 52 ਲੈਂਥ ਲੌਂਗ, ਵੈਸੇ ਤਾਂ 52 ਫਰੋਕ ਦੇ ਵਿੱਚ ਨੋਰਮਲ ਹੈ ਜੀ, ਜਿਨ੍ਹਾਂ ਦੀ ਹਾਈਟ ਹੈਗੀ ਹੈ 5'3", ਉਹਨਾਂ ਨੂੰ ਜਾਣੀ ਕਿ ਨੋਰਮਲ ਆ ਜਾਂਦੀ ਹੈ ਇਹ ਵਾਲੀ ਇਹ ਜਿਹੜੀ ਲੈਂਥ ਹੁੰਦੀ ਆ। ਅਗਰ ਤੁਸੀਂ ਇਹਨੂੰ ਲੌਂਗ ਸ਼ੋਰਟ, ਲੌਂਗ ਤਾਂ ਨਹੀਂ ਹੋਏਗੀ ਪਰ ਸ਼ੋਰਟ ਜ਼ਰੂਰ ਹੋ ਜਾਏਗੀ ਅਗਰ ਤੁਸੀਂ ਲੈਂਥ ਥੋੜ੍ਹੀ ਘੱਟ ਕਰਵਾਉਣੀ ਹੈ ਇਸ 'ਤੇ। ਇਸ 'ਤੇ ਥੋੜ੍ਹਾ ਵੱਡਾ ਡਿਜ਼ਾਈਨ ਦਿੱਤਾ ਹੋਇਆ ਹੈਂਡ ਪੇਂਟ ਦਾ, ਡਿਜ਼ਾਈਨਿੰਗ ਦਾ ਹਲਕਾ ਜਿਹਾ ਫਰਕ ਆਊਗਾ, ਬਾਕੀ ਸੇਮ ਹੈ। ਇਹ ਥੋੜ੍ਹਾ ਬਾਵਾ ਜਿਹਾ ਸ਼ੇਡ ਕਲਰ ਆ ਜਾਂਦਾ ਇਸ ਦਾ, ਠੀਕ ਹੈ ਜੀ। ਇਹਨਾਂ ਦਾ ਪ੍ਰਾਈਜ਼ ਹੈਗਾ 3500। ਅਤੇ ਇੱਕ ਤੁਹਾਨੂੰ ਹੁਣ ਹੋਰ ਦਿਖਾਉਂਦੇ ਹਾਂ ਸੂਟ, ਇਹ ਵੀ ਔਰਗੈਂਜ਼ਾ ਦੇ ਉੱਪਰ ਰਹਿਣਗੇ, ਪਰ ਬਹੁਤ ਪਿਆਰੀ ਆਈਟਮ ਹੈ, ਬਿਲਕੁਲ ਨਿਊ ਆਈਟਮ ਹੈ ਜੀ। ਪੈਚ ਵਰਕ ਹੋਇਆ ਵੇ ਇਸ 'ਤੇ, ਔਰਗੈਂਜ਼ਾ ਦੇ ਉੱਪਰ ਪੈਚ ਵਰਕ ਹੈ, ਔਰਗੈਂਜ਼ਾ ਬਿਲਕੁਲ ਸੋਫਟ 'ਤੇ ਹੈ, ਇਹ ਬੜੇ ਸੋਬਰ ਜਿਹੇ ਕਲਰ ਪਾਏ ਹੋਏ ਆ। ਘੇਰੇ 'ਤੇ ਵੀ ਇਹਨੂੰ ਜਿਹੜਾ ਮਲਟੀ ਸ਼ੇਡ ਦੀ ਪੱਟੀ ਲਗਾ ਕੇ ਸੇਮ ਉਹੀ ਪੈਚ ਵਰਕ ਕੀਤਾ ਹੋਇਆ ਇਸ 'ਤੇ। ਇਹ ਸਾਰਾ ਪੈਚ ਵਰਕ ਹੈ ਜੀ, ਜਿੰਨਾ ਵੀ ਇਹ ਫੁੱਲ ਵੀ ਪੈਚ ਵਰਕ ਦੇ ਆ ਅਤੇ ਬੱਤੀਆਂ ਵੀ ਪੈਚ ਵਰਕ ਦੀਆਂ। ਨੈੱਕ 'ਤੇ ਮਲਟੀ ਸ਼ੇਡ ਦੀ ਪੱਟੀ ਲਗਾ ਕੇ ਅਤੇ ਬਟਨ ਲਗਾਏ ਹੋਏ ਆ ਡਿਫਰੈਂਟ ਸਟਾਈਲ ਦੇ। ਇਹਦੇ ਨਾਲ ਸਲਵਾਰ, ਜਦੋਂ ਤੁਹਾਡਾ ਸੂਟ ਬਣ ਜਾਏਗਾ ਤਾਂ ਇਹਦੇ ਇਹ ਵਾਲਾ ਕਲਰ ਨਿਕਲ ਕੇ ਆਏਗਾ ਇੱਦਾਂ। ਸਲਵਾਰ ਨਾਲ ਦਾ ਇਹ ਡਾਈ ਕਰਾ ਹੋਊਗਾ, ਜਿਹੜੀ ਲਾਈਨਿੰਗ ਹੋਏਗੀ ਨੀਚੇ ਥੋੜ੍ਹੀ ਇਹ ਵਾਲੀ ਲੁੱਕ ਆਏਗੀ ਜੀ। ਦੇਖੋ ਮੈਂ ਤੁਹਾਨੂੰ ਸਿੰਗਲ ਸੂਟ ਇੱਦਾਂ ਦਿਖਾਉਂਦੀ ਹਾਂ ਅਤੇ ਲਾਈਟ ਸ਼ੇਡ ਆ ਰਿਹਾ, ਜਦੋਂ ਆਪਾਂ ਇਹਦੇ ਨੀਚੇ ਲਾਈਨਿੰਗ ਲਗਾਵਾਂਗੇ ਤਾਂ ਥੋੜ੍ਹਾ ਜਿਹਾ ਹਲਕਾ ਇਹ 2 ਨੰਬਰ ਇਹਦੀ ਟਰਨ ਡਾਰਕ ਹੋ ਜੂਗੇ। ਬਹੁਤ ਪਿਆਰਾ ਦੁਪੱਟਾ 4-ਸਾਈਡ ਵਰਕ ਦੇ ਨਾਲ, ਬਹੁਤ ਸੋਹਣਾ ਦੁਪੱਟਾ ਇਹ। ਦੁਪੱਟੇ ਦੇ ਵਰਕ ਦੇਖੋ ਜੀ, ਵਰਕ ਮਤਲਬ ਕਿ ਜਿਹੜਾ ਫਿਨਿਸ਼ਿੰਗ ਦੋਨੋਂ ਸਾਈਡ, ਬੈਕ ਸਾਈਡ ਵੀ ਅਤੇ ਫਰੰਟ 'ਤੇ ਵੀ, ਇਹ ਕੋਈ ਫਲਫੀ ਨਹੀਂ ਹੈਗਾ, ਬਿਲਕੁਲ ਨੋਰਮਲ ਦੁਪੱਟਾ ਤੁਸੀਂ ਲੈ ਸਕਦੇ ਹੋ, ਔਰਗੈਂਜ਼ਾ ਦਾ ਦੁਪੱਟਾ ਹੈ। ਬਹੁਤ ਸੋਹਣੀ ਲੁੱਕ ਦਾ ਸੂਟ ਹੈ ਜੀ ਇਹ, ਫੁੱਲ ਹੈਵੀ ਵਰਕ ਦੇ ਨਾਲ ਡਿਫਰੈਂਟ ਸਟਾਈਲ ਆ। ਅਤੇ ਇਹਦਾ 4500 ਪ੍ਰਾਈਸ ਰਹੂਗਾ ਜੀ, 4500 ਦਾ ਸੂਟ ਹੈ। ਕਲਰ ਆਪਸ਼ਨ ਬਹੁਤ ਸੋਹਣੀ ਸੋਹਣੀ ਹੈ ਇਹਦੇ ਵਿੱਚ। ਹੁਣ ਮੈਂ ਤੁਹਾਨੂੰ ਇਹ 'ਚ ਕਲਰ ਆਪਸ਼ਨ ਦਿੰਦੀ ਹਾਂ, ਬਹੁਤ ਪਿਆਰਾ ਸ਼ੇਡ ਹੈ, ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ।
लाइट पर्पल, ठीक है जी। नेक्स्ट हैगा दुपट्टे सब दे हैवी, ये दुपट्टा सिल्क दी सलवार ते शर्ट पीच कलर दा आ गया जी इहदे विच। कलर ऑप्शन बहुत प्यारी है, ये हैगा लेमन शेड। इहदी लेंथ फ्री है, तुसी जिन्नी मर्जी बनवा सकते हो। सिल्क दी सलवार ऑर्गेंजा दा ही दुपट्टा ते ऑर्गेंजा दी शर्ट है जी। हाँ जी, इन्हां च जो भी सूट तुहानूं पसंद आंदा स्क्रीनशॉट लै के मेरे नंबर ते सेंड कर सकदे हो। तो जो भी दिखाने हैं बेशक थोनों थोड़ा दिखाने हैं, पर वो इदा होंगे कि थोनों वेस्ट दईए। मेरे पास डेली हर रोज़, क्योंकि जो वीडियो रोज़ पाने तो ऑब्वियसली भी स्टॉक तो रोज़ ही आएगा ही आएगा। कुछ इदा लभदे होंगे कि बेशक थोड़ा दिखाइए तो वधिया क्वालिटी का हो, सबनों पसंद आने वाला हो। उही कुछ दिखा रहे हैं जी, डिफरेंट स्टाइल दिखा रहे हैं हर रोज़। तो चैनल नूं जरूर सबसक्राइब कर लो जिन्होंने नहीं किया हो, तो करके थोनों डेली दी नोटिफिकेशन आया करेगी जी। तो असी अज की दिखा रहे हैं, काफ़ी ज़्यादा मैनू मैसेज व्हाट्सएप पर भी आ रहे हैं, तुम स्टिचिंग की एक वीडियो जरूर पाओ। कोशिश करते हैं जी जल्दी दे के स्टिचिंग की वीडियो भी जरूर पावांगे। वैसे मैं इन्ना टाइम ना होने करके कदे कदे मैं वीडियो के ऐड जरूर कर दानी एक दो सूट, पर स्पैशल स्टिचिंग की वीडियो जल्दी जरूर लैके आवेंगे। तो वीडियो देखने लिए थैंक यू जी। चैनल में जरूर सबसक्राइब कर लो, लाइक तो कमेंट करके जरूर दस्या करो कलैक्शन किदा की लगती है। तो थैंक यू सो मच।